ਦੇਖੋ ਅੱਜ ਮੈਂ ਜੰਡਿਆਲਾ ਗੁਰੂ ਜਿਹੜਾ ਸੀਨੀਅਰ ਸੈਕੰਡਰੀ ਸਕੂਲ ਆ ਫੋਰ ਬੋਆਇਜ਼, ਇਹਦੇ ਵਿੱਚ ਮੈਂ ਨੋਰਮਲ ਵਿਜ਼ਿਟ ਵਾਸਤੇ ਆਇਆ। ਸੋ ਬੱਚਿਆਂ ਦੇ ਨਾਲ ਰਾਬਤਾ ਕੀਤਾ ਜਾ ਰਿਹਾ, ਟੀਚਰਸ ਦੀਆਂ ਮੁਸ਼ਕਲਾਂ ਜੋ ਵੀ ਨੇ ਉਹਨਾਂ 'ਤੇ ਅਸੀਂ ਰਿਵਿਊ ਕਰ ਰਹੇ ਹਾਂ। ਸੋ ਜੋ ਵੀ ਕੋਈ ਸਕੂਲ ਦੇ ਵਿੱਚ ਮੁਸ਼ਕਲਾਂ ਆਉਣਗੀਆਂ ਉਹਨੂੰ ਅਸੀਂ ਪੋਜ਼ੀਟਿਵਲੀ ਸਿੱਖਿਆ ਵਿਭਾਗ ਦੇ ਧਿਆਨ ਦੇ ਵਿੱਚ ਲਿਆ ਕੇ ਐਂਡ ਬੀਇੰਗ ਇਲੈਕਟਡ MLA ਆਫ ਦਿਸ ਕੋਨਸਟੀਚੁਐਂਸੀ, ਮੇਰਾ ਫਰਜ਼ ਬਣਦਾ ਹੈ ਕਿ ਮੈਂ ਆਪਦੇ ਸਾਰੇ ਜਿਹੜੇ ਵੀ ਵਿਭਾਗ ਨੇ, ਚਾਹੇ ਉਹ ਸਿੱਖਿਆ ਵਿਭਾਗ ਆ, ਚਾਹੇ ਸਿਹਤ ਵਿਭਾਗ ਆ, ਚਾਹੇ BDO ਆਫਿਸ ਆ, EO ਆਫਿਸ ਆ, ਜਿੰਨੇ ਵੀ ਨੇ, ਮੈਂ ਉਹਨਾਂ ਦੇ ਜਾ ਕੇ ਜਿਹੜੇ ਵੀ ਲੋਕ ਉੱਥੇ ਆਪਣੇ ਕੰਮਾਂ ਕਾਰਾਂ ਲਈ ਆਉਂਦੇ ਨੇ ਉਹਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਦੇਖਾਂ। ਸੋ ਮੈਂ ਅੱਜ ਇਸੇ ਹੀ ਲੜੀ ਦੇ ਵਿੱਚ ਜੰਡਿਆਲਾ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਹਾਂ। ਸੋ ਸਾਰੇ ਅਧਿਆਪਕ ਸਾਹਿਬਾਨਾਂ ਨਾਲ ਮੀਟਿੰਗ ਜਿਹੜੀ ਆ ਕੀਤੀ ਜਾ ਰਹੀ ਹੈ। ਅਸੀਂ ਕੁਝ ਹੀ ਦਿਨਾਂ ਦੇ ਵਿੱਚ ਜਿੰਨੇ ਵੀ ਬੱਚੇ ਜੰਡਿਆਲਾ ਹਲਕੇ ਦੇ ਜਿਨ੍ਹਾਂ ਨੇ ਮੋਰ ਦੈਨ 90% ਮਾਰਕਸ ਲਏ ਨੇ ਇਨ CBSE, ICSE ਐਂਡ PSEB ਐਗਜ਼ਾਮਸ, ਉਹਨਾਂ ਸਾਰਿਆਂ ਨੂੰ ਅਸੀਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਹਾਜ਼ਰੀ ਦੇ ਵਿੱਚ ਅਸੀਂ ਉਹਨਾਂ ਸਾਰਿਆਂ ਨੂੰ ਸਨਮਾਨਿਤ ਕਰਨ ਜਾ ਰਹੇ ਹਾਂ ਤਾਂ ਕਿ ਬੱਚੇ ਜਿਹੜੇ ਨੇ ਉਹ ਜ਼ਿਆਦਾ ਤੋਂ ਜ਼ਿਆਦਾ ਮੋਟੀਵੇਟ ਹੋ ਸਕਣ, ਜ਼ਿਆਦਾ ਤੋਂ ਜ਼ਿਆਦਾ ਪੜ੍ਹਾਈ ਦੇ ਨਾਲ ਜਿਹੜਾ ਆ ਉਹ ਜੁੜ ਸਕਣ। ਸਰ, ਇੱਕ ਕੱਲ੍ਹ ਆਸਟ੍ਰੇਲੀਆ ਨੂੰ 52 ਸਾਲ ਬਾਅਦ ਜਿਹੜਾ ਵਾ ਹਾਕੀ ਟੀਮ ਨੇ ਹਰਾਇਆ ਵਾ, ਅਤੇ ਪੰਜਾਬ ਦੇ ਜਿਹੜੇ ਨੌਜਵਾਨਾਂ ਨੇ ਬਹੁਤ ਵਧੀਆ, ਹਰਮਨਪ੍ਰੀਤ ਨੇ ਜਿਹੜਾ ਵਾ ਬਹੁਤ ਵਧੀਆ ਇਹਦੇ ਵਿੱਚ ਰੋਲ ਨਿਭਾਇਆ, ਕੀ ਕਹਿਣਾ ਚਾਹੋ? ਦੇਖੋ, ਮੈਂ ਭਾਰਤ ਦੀ ਹਾਕੀ ਟੀਮ ਨੂੰ ਵਧਾਈ ਦਿੰਦਾ। ਸਾਡੇ ਜਿਹੜੇ ਹੋਣਹਾਰ ਨੌਜਵਾਨ ਨੇ ਉਹਨਾਂ ਸਾਡੇ ਦੇਸ਼ ਵਾਸਤੇ ਜਿਹੜਾ ਆ, ਦੇਖੋ ਅੱਜ ਮੈਂ ਜੰਡਿਆਲਾ ਗੁਰੂ ਜਿਹੜਾ ਸੀਨੀਅਰ ਸੈਕੰਡਰੀ ਸਕੂਲ ਆ ਫੋਰ ਬੋਆਇਜ਼, ਇਹਦੇ ਵਿੱਚ ਮੈਂ ਨੋਰਮਲ ਵਿਜ਼ਿਟ ਵਾਸਤੇ ਆਇਆ। ਸੋ ਬੱਚਿਆਂ ਦੇ ਨਾਲ ਰਾਬਤਾ ਕੀਤਾ ਜਾ ਰਿਹਾ, ਟੀਚਰਸ ਦੀਆਂ ਮੁਸ਼ਕਲਾਂ ਜੋ ਵੀ ਨੇ ਉਹਨਾਂ 'ਤੇ ਅਸੀਂ ਰਿਵਿਊ ਕਰ ਰਹੇ ਹਾਂ। ਸੋ ਜੋ ਵੀ ਕੋਈ ਸਕੂਲ ਦੇ ਵਿੱਚ ਮੁਸ਼ਕਲਾਂ ਆਉਣਗੀਆਂ ਉਹਨੂੰ ਅਸੀਂ ਪੋਜ਼ੀਟਿਵਲੀ ਸਿੱਖਿਆ ਵਿਭਾਗ ਦੇ ਧਿਆਨ ਦੇ ਵਿੱਚ ਲਿਆ ਕੇ ਐਂਡ ਬੀਇੰਗ ਇਲੈਕਟਡ MLA ਆਫ ਦਿਸ ਕੋਨਸਟੀਚੁਐਂਸੀ, ਮੇਰਾ ਫਰਜ਼ ਬਣਦਾ ਹੈ ਕਿ ਮੈਂ ਆਪਦੇ ਸਾਰੇ ਜਿਹੜੇ ਵੀ ਵਿਭਾਗ ਨੇ, ਚਾਹੇ ਉਹ ਸਿੱਖਿਆ ਵਿਭਾਗ ਆ, ਚਾਹੇ ਸਿਹਤ ਵਿਭਾਗ ਆ, ਚਾਹੇ BDO ਆਫਿਸ ਆ, EO ਆਫਿਸ ਆ, ਜਿੰਨੇ ਵੀ ਨੇ, ਮੈਂ ਉਹਨਾਂ ਦੇ ਜਾ ਕੇ ਜਿਹੜੇ ਵੀ ਲੋਕ ਉੱਥੇ ਆਪਣੇ ਕੰਮਾਂ ਕਾਰਾਂ ਲਈ ਆਉਂਦੇ ਨੇ ਉਹਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਦੇਖਾਂ। ਸੋ ਮੈਂ ਅੱਜ ਇਸੇ ਹੀ ਲੜੀ ਦੇ ਵਿੱਚ ਜੰਡਿਆਲਾ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਹਾਂ। ਸੋ ਸਾਰੇ ਅਧਿਆਪਕ ਸਾਹਿਬਾਨਾਂ ਨਾਲ ਮੀਟਿੰਗ ਜਿਹੜੀ ਆ ਕੀਤੀ ਜਾ ਰਹੀ ਹੈ। ਅਸੀਂ ਕੁਝ ਹੀ ਦਿਨਾਂ ਦੇ ਵਿੱਚ ਜਿੰਨੇ ਵੀ ਬੱਚੇ ਜੰਡਿਆਲਾ ਹਲਕੇ ਦੇ ਜਿਨ੍ਹਾਂ ਨੇ ਮੋਰ ਦੈਨ 90% ਮਾਰਕਸ ਲਏ ਨੇ ਇਨ CBSE, ICSE ਐਂਡ PSEB ਐਗਜ਼ਾਮਸ, ਉਹਨਾਂ ਸਾਰਿਆਂ ਨੂੰ ਅਸੀਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਹਾਜ਼ਰੀ ਦੇ ਵਿੱਚ ਅਸੀਂ ਉਹਨਾਂ ਸਾਰਿਆਂ ਨੂੰ ਸਨਮਾਨਿਤ ਕਰਨ ਜਾ ਰਹੇ ਹਾਂ ਤਾਂ ਕਿ ਬੱਚੇ ਜਿਹੜੇ ਨੇ ਉਹ ਜ਼ਿਆਦਾ ਤੋਂ ਜ਼ਿਆਦਾ ਮੋਟੀਵੇਟ ਹੋ ਸਕਣ, ਜ਼ਿਆਦਾ ਤੋਂ ਜ਼ਿਆਦਾ ਪੜ੍ਹਾਈ ਦੇ ਨਾਲ ਜਿਹੜਾ ਆ ਉਹ ਜੁੜ ਸਕਣ। ਸਰ, ਇੱਕ ਕੱਲ੍ਹ ਆਸਟ੍ਰੇਲੀਆ ਨੂੰ 52 ਸਾਲ ਬਾਅਦ ਜਿਹੜਾ ਵਾ ਹਾਕੀ ਟੀਮ ਨੇ ਹਰਾਇਆ ਵਾ, ਅਤੇ ਪੰਜਾਬ ਦੇ ਜਿਹੜੇ ਨੌਜਵਾਨਾਂ ਨੇ ਬਹੁਤ ਵਧੀਆ, ਹਰਮਨਪ੍ਰੀਤ ਨੇ ਜਿਹੜਾ ਵਾ ਬਹੁਤ ਵਧੀਆ ਇਹਦੇ ਵਿੱਚ ਰੋਲ ਨਿਭਾਇਆ, ਕੀ ਕਹਿਣਾ ਚਾਹੋ? ਦੇਖੋ, ਮੈਂ ਭਾਰਤ ਦੀ ਹਾਕੀ ਟੀਮ ਨੂੰ ਵਧਾਈ ਦਿੰਦਾ। ਸਾਡੇ ਜਿਹੜੇ ਹੋਣਹਾਰ ਨੌਜਵਾਨ ਨੇ ਉਹਨਾਂ ਸਾਡੇ ਦੇਸ਼ ਵਾਸਤੇ ਜਿਹੜਾ ਆ